ਨਿਰਭਯਾ ਕੇਸ ਵਿੱਚ ਚਾਰਾਂ ਦੋਸ਼ੀ ਅਕਸ਼ੇ ਪਵਨ ਵਿਨੇ ਤੇ ਮੁਕੇਸ਼ ਦੀ ਫਾਂਸੀ ਸਜ਼ਾ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸ ਦੇ ਵਿੱਚ ਦਿੱਲੀ ਦੀ ਤਿਹਾੜ ਜੇਲ੍ਹ 'ਚ ਪਿਛਲੇ 4 ਦਿਨਾਂ ਤੋਂ ਫਾਂਸੀ ਘਰ ਦੇ ਵਿੱਚ ਡੰਮੀ ਨੂੰ ਫੰਦੇ 'ਤੇ ਲਟਕਾਉਣ ਦਾ ਅਭਿਆਸ ਕੀਤਾ ਜਾ ਰਿਹਾ ਹੈ। ਸ਼ੁੱਕਰਵਾਰ ਨੂੰ ਜੇਲ੍ਹ ਅਧਿਕਾਰੀ ਨੇ ਸਾਰੀ ਪ੍ਰਕਿਰਿਆ ਵੇਖੀ ਅਤੇ ਤਕਨੀਕੀ ਪਹਿਲੂ ਨੂੰ ਦੇਖਣ ਤੋਂ ਬਾਅਦ ਇਸ ਤੋਂ ਰੋਕ ਦਿੱਤਾ ਗਿਆ। ਸੂਤਰਾਂ ਦਾ ਕਹਿਣਾ ਹੈ ਕਿ ਦੁਬਾਰਾ ਡੰਮੀ ਨੂੰ ਤਦ ਲਟਕਾਇਆ ਜਾਵੇਗਾ ਜਦੋਂ ਨਿਰਭਯਾ ਦੇ ਗੁਨਾਹਗਾਰਾਂ ਦਾ ਡੈਥ ਵਾਰੰਟ ਜਾਰੀ ਕੀਤਾ ਜਾਵੇਗਾ। ਦੋਸ਼ੀਆਂ ਦੀਆਂ ਗਤੀਵਿਧੀਆਂ ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਤਾਮਿਲਨਾਡੂ ਪੁਲਿਸ ਦਾ ਇੱਕ ਜਵਾਨ ਹਰ ਸਮੇਂ ਉਹਨਾਂ ਦੇ ਨਾਲ ਰਹਿੰਦਾ ਹੈ। ਉਹਨਾਂ ਦੇ ਹਾਵ ਭਾਵ ਤੇ ਜੇਲ੍ਹ ਪ੍ਰਸ਼ਾਸਨ ਨਜ਼ਰ ਰੱਖਿਆ ਹੋਇਆ। ਜੇਲ੍ਹ ਸੂਤਰਾਂ ਨੇ ਦੱਸਿਆ ਕਿ ਹੁਣ ਆਪਣੇ ਬੈਰਕ ਚੋਂ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਬਾਹਰ ਨਿਕਲਦੇ ਨੇ। ਜ਼ਿਲ੍ਹਾ ਅਧਿਕਾਰੀ ਸਮੇਂ ਸਮੇਂ ਤੇ ਉਹਨਾਂ ਦੇ ਨਾਲ ਗੱਲ ਕਰਨ ਲਈ ਜਾ ਰਹੇ ਨੇ। ਦਿਨ ਵਿੱਚ 2 ਵਾਰ ਉਹਨਾਂ ਦੀ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ। ਉਧਰ ਨਿਰਭਯਾ ਮਾਮਲੇ 'ਚ 4 ਦੋਸ਼ੀਆਂ ਦੇ ਪਰਿਵਾਰ ਵੀ ਫਾਂਸੀ ਦੀ ਤਾਰੀਖ ਕਰੀਬ ਆਉਣ ਦੇ ਕਾਰਨ ਸਦਮੇ ਵਿੱਚ ਨੇ। ਉਹਨਾਂ ਨੇ ਗੁਆਂਢੀਆਂ ਦੇ ਨਾਲ ਹੁਣ ਗੱਲਬਾਤ ਕਰਨੀ ਬੰਦ ਕਰ ਦਿੱਤੀ ਹੈ। ਇਹਨਾਂ ਵਿੱਚੋਂ ਮੁਕੇਸ਼ ਦੇ ਪਰਿਵਾਰ ਵਾਲੇ ਆਪਣਾ ਘਰ ਛੱਡ ਕੇ ਕਿਸੇ ਹੋਰ ਥਾਂ ਤੇ ਸ਼ਿਫਟ ਹੋ ਗਏ ਨੇ। ਉਹਨਾਂ ਨੇ ਆਪਣੇ ਝੁੱਗੀ ਨੂੰ ਤਾਲਾ ਤੱਕ ਲਗਾ ਦਿੱਤਾ। ਖੈਰ ਹੁਣ ਪੂਰਾ ਦੇਸ਼ ਇਹਨਾਂ ਦੋਸ਼ੀਆਂ ਦੀ ਫਾਂਸੀ ਦੀ ਉਡੀਕ ਕਰ ਰਿਹਾ ਹੈ ਤੇ ਇੰਤਜ਼ਾਰ ਹੈ ਤਾਂ ਸਿਰਫ ਡੈਥ ਵਾਰੰਟ ਦਾ। ਬਿਊਰੋ ਰਿਪੋਰਟ, ਡੇਲੀ ਪੋਸਟ, ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਮਨ ਮਰਜ਼ੀ ਦਾ ਕਾਲਜ ਚੁਣਨਾ ਚਾਹੁੰਦੇ ਹੋ, ਮਈ ਔਰ ਸਪਤੰਬਰ 2020 ਦੇ ਸੈਸ਼ਨ ਲਈ ਟਾਈਮ ਸਿਰ ਦਾਖਲਾ ਅਪਲਾਈ ਕਰਨ ਦਾ, ਜਿਹੜੇ ਬੱਚੇ ਲਾਇਕ ਹੈ, ਨੰਬਰ ਚੰਗੇ ਹੈ, ਉਹਨਾਂ ਨੂੰ $5,000 ਤੱਕ ਦੀ ਸਕਾਲਰਸ਼ਿਪ ਵੀ ਮਿਲ ਸਕਦੀ ਹੈ। ਪਿਰਾਮਿਡ ਈ ਸਰਵਿਸਿਜ਼ ਨਾਲ ਅਪਲਾਈ ਕਰੋ, ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।